ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਵਾੜਾ ਤਰਾਕਾ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਫਰੀਦਕੋਟ ਦੀ ਹੈ ਕੋਟਕਪੂਰੇ ਤੋਂ ਜਦੋਂ ਮਕਸਰਾਲ ਨੂੰ ਜਾਣਾ ਹੋਵੇ ਤਾਂ ਮੇਨ ਰੋਡ ਦੇ ਉੱਤੇ ਇਹ ਪਿੰਡ ਹੈ ਤੇ ਇਸ ਪਿੰਡ ਦੇ ਵਿੱਚੋਂ ਆਪਾਂ ਪਹਿਲਾਂ ਵੀ ਕਈ ਵੀਡੀਓ ਚੈਨਲ ਉੱਤੇ ਅਪਲੋਡ ਕੀਤੀਆਂ ਅੱਜ ਦੀ ਵੀਡੀਓ 'ਚ ਤੁਹਾਨੂੰ ਇੱਕ ਬਹੁਤ ਸੋਹਣੀ ਪਹਿਲੇ ਸੂਏ ਸੂਨ ਵਾਲੀ ਝੋਟੀ ਦਿਖਾਉਣੀ ਹੈ ਫੁੱਲ ਚਕੀਨੀਆਂ ਚਾ ਦੋਸਤੋ ਸੈਂਕ ਤੋਂ ਲੈ ਕੇ ਆ ਪਿੱਛੋਂ ਹਵਾਨੇ ਤੱਕ ਥਣਾ ਤੱਕ ਹਰੇਕ ਪੱਖ ਤੋਂ ਬਹੁਤ ਸੋਹਣੀ ਝੋਟੀ ਐ ਇਹਦੇ ਬਾਰੇ ਆਪਾਂ ਡਿਟੇਲ ਚ ਬਾਈ ਜੀ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆਓ ਬਾਈ ਨਾਲ ਗੱਲਬਾਤ ਕਰਦੇ ਆਂ ਫਿਰ ਇਹ ਝੋਟੀ ਤੁਹਾਨੂੰ ਦੋਸਤੋ ਤੋਰ ਕੇ ਵੀ ਦਿਖਾਵਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸਿਆ ਕੀ ਹੈ ਮਿੱਠੂ ਸਿੰਘ ਜੀ ਮਿੱਠੂ ਸਿੰਘ ਅੱਛਾ ਇਹ ਝੋਟੀ ਕਰਦੀ ਐ ਆਪਣੀ ਲੈ ਮੋਲ ਲੱਗੀ ਝੋਟੀ ਹੁੰਦੀ ਹਾਂ ਜੀ ਠੀਕ ਐ ਕਿੰਨਾ ਚਿਰ ਰਹਿਿੰਦਾ ਸੂਣ ਚ ਇਹਦਾ ਇਹ ਰਹਿ ਗਿਆ 5 ਦਿਨ ਰਹਿ ਗਿਆ ਜੀ 5 ਦਿਨ ਰਹਿ ਕੇ ਦੰਦੋਂ ਦੇਖੀਏ ਕਿਵੇਂ ਇਹ ਦੰਦ ਚੌਗੀ ਚਾਰ ਦੰਦ ਠੀਕ ਹੈ ਤੇ ਕੀ ਰੇਟ ਕਰਦੇ ਹੋ ਇਹਦਾ ਰੇਟ 140 ਜੀ 1 ਲੱਖ 40000 ਠੀਕ ਹੈ ਕੋਈ ਮੜਾ ਸਾਈਡ ਤੇ ਖੋਲ ਕੇ ਦਿਖਾ ਦਿਓ ਜੀ ਲੋ ਜੀ ਦੋਸਤੋ ਪੱਠ ਪੁੜੇ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਪੂਰੀ ਚੌੜੀ ਸਿੰਘਾਂ ਦੀ ਮੂੰਹ ਮੱਥੇ ਦੀ ਬਹੁਤ ਸੋਹਣੀ ਮੁਰਾ ਨਸਲ ਦੀ ਦੋਸਤੋ ਬਰੀਕ ਚਮੜੀ ਦੀ ਇਹ ਝੋਟੀ ਹੈ ਪਹਿਲੇ ਸੂਏ ਸੂਣਾ ਪੰਜ ਚਾਰ ਦਿਨ ਹਜੇ ਦੇ ਰਹਿੰਦੇ ਆ ਲੈ ਜੂਗੀ ਇਹਨੇ ਦਿਨ ਹਵਾਨਾ ਜਿਹੜਾ ਦੋਸਤੋ ਇਹ ਬਹੁਤ ਸੋਹਣਾ ਚੌਰਸ ਬਿਲਕੁਲ ਇੱਥੇ ਰੁਕੋ ਜੀ ਮੜਾ ਪੂਰੀ ਸੀਲ ਤੇ ਠੰਡੀ ਝੋਟੀ ਹੈ ਦੋਸਤੋ ਥਣਾ ਚ ਬਿੱਥੀ ਦੇਖ ਸਕਦੇ ਆ ਚਾਰੇ ਥਣ ਬਿਲਕੁਲ ਨਿਖੜਵੇਂ ਬਹੁਤ ਸੋਹਣੇ ਅਲੱਗ ਅਲੱਗ ਲੱਗੇ ਹੋਏ ਆ ਜਿਵੇਂ ਜਿਵੇਂ ਮਣਕੇ ਲਾਏ ਹੁੰਦੇ ਆ ਸਿੰਗ ਦੀ ਬਹੁਤ ਸੋਹਣੀ ਹੈ ਬਾਕੀ ਕੱਦ ਬਹੁਤ ਆ ਝੋਟੀ ਦਾ ਵੇਲ ਚੰਗੀ ਹੈ ਹਰੇਕ ਪੱਖ ਤੋਂ ਬਹੁਤ ਸੋਹਣੀ ਹੈ ਉਤੇ ਇਹਨਾਂ ਨੇ ਦੋਸਤੋ ਸੰਭਾਲ ਵੀ ਇਹਦੀ ਚੰਗੀ ਕੀਤੀ ਹੈ ਦੇਖ ਸਕਦੇ ਹੋ ਤੁਸੀਂ ਬਿਲਕੁਲ ਬਰੀਕ ਜਿਹੜੀ ਇਹਦੀ ਪੂਸ਼ ਹੈ ਬਾਕੀ ਹਵਾਨਾ ਵੀ ਇਹਦਾ ਬਹੁਤ ਸੋਹਣਾ ਝੋਟੀ ਨੇ ਤਿਆਰ ਕੀਤਾ ਸੋਨ ਦੇ ਨੇੜਾ ਸੋ ਨੰਬਰ ਇਹਨਾਂ ਦਾ ਦੋਸਤੋ ਸਕਰੀਨ ਉੱਤੇ ਚੱਲ ਰਿਹਾ ਹੈ ਇਸ ਨੰਬਰ ਉੱਤੇ ਕਾਲ ਜਦੋਂ ਮਰਜ਼ੀ ਕਰ ਸਕਦੇ ਹੋ ਵੀਡੀਓ ਜਿਹੜੀ ਤੁਹਾਨੂੰ ਦਿਖਾਤੀ ਹੈ ਡਿਟੇਲ ਇਹਦੇ ਬਾਰੇ ਪੁੱਛਤੀ ਹੈ ਦੰਦੋਂ ਚਾਰ ਦੰਦ ਹੈ ਤੇ ਹਜੇ ਛੋਟੀ ਉਮਰ ਦੇ ਵਿੱਚ ਹੀ ਹੈ ਦੋਸਤੋ ਦੂਜੇ ਸੂਏ ਵੀ ਇਹ ਦੋ ਵਧਣ ਆਏ ਨੇ ਕਿਉਂਕਿ ਕੋਈ ਵੀ ਪਸ਼ੂ ਹੈ ਜਿਹੜਾ ਦੂਜੇ ਸੂਏ ਦੇ ਵਿੱਚ ਜਾ ਕੇ ਪੂਰਾ ਖੁੱਲਦਾ ਉਹਦਾ ਬਾਡੀ ਵੇਟ ਆਪਦਾ ਪੂਰਾ ਕਰਦਾ ਸੋ ਬੰਦੋ ਜੀ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ ਇਹ ਝੋਟੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਨੰਬਰ 22 ਦਾ ਸਕਰੀਨ ਉੱਤੇ ਲੱਗਾ ਇਸ ਨੰਬਰ ਉੱਤੇ ਕਾਲ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਹੋ ਧੰਨਵਾਦ